ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਜਥੇਦਾਰ ਮਹਾਂਵੀਰ ਸਿੰਘ, ਪ੍ਰਧਾਨ ਅਕਾਲ ਖਾਲਸਾ ਦਲ। ਮੈਂ ਜੋ ਅੱਜ ਦਿਹਾੜਾ ਮਨਾਇਆ ਗਿਆ ਸੰਤ ਬਾਬਾ ਜਰਨੈਲ ਸਿੰਘ ਦਾ ਜਨਮ ਦਿਹਾੜਾ, ਕੌਮਾਂ ਹਮੇਸ਼ਾ ਹੀ ਉਹਨਾਂ ਦਾ ਦਿਹਾੜਾ ਮਨਾਉਂਦੀਆਂ ਨੇ ਜਿਨ੍ਹਾਂ ਕੌਮ ਦੇ ਲਈ, ਪੰਥ ਲਈ ਕੁਝ ਕੀਤਾ ਹੋਵੇ। ਸੰਤ ਬਾਬਾ ਜਰਨੈਲ ਸਿੰਘ ਨੇ ਜੋ ਸਿੱਖ ਪੰਥ ਦੇ ਨੂੰ ਹਲੂਣਾ ਦਿੱਤਾ, ਉਹਨਾਂ ਦਾ ਦਿਹਾੜਾ ਜਿਹੜਾ ਵਾ ਉਹ ਅੱਜ ਮਨਾਇਆ ਜਾ ਰਿਹਾ ਵਾ। ਉਸ ਸਮੇਂ ਦੀ ਜਿਹੜੀ ਸਰਕਾਰ ਸੀ ਉਸ ਨੇ ਤੋਪਾਂ ਟੈਂਕਾਂ ਦੇ ਨਾਲ ਹਮਲਾ ਕੀਤਾ, ਉਹਦਾ ਮੂੰਹ ਤੋੜਵਾਂ ਜਵਾਬ ਸੰਤ ਬਾਬਾ ਜਰਨੈਲ ਸਿੰਘ ਨੇ ਦਿੱਤਾ। ਅੱਜ ਅਕਾਲ ਖਾਲਸਾ ਦਲ ਵੱਲੋਂ ਭਾਈ ਹਰਪਾਲ ਸਿੰਘ ਜੀ ਵੱਲੋਂ ਜੋ ਇਹ ਪ੍ਰੋਗਰਾਮ ਲੀਕਾ ਗਿਆ ਮਜੀਠਾ ਰੋਡ ਵਿਖੇ, ਸੰਤ ਬਾਬਾ ਜਰਨੈਲ ਸਿੰਘ ਦਾ ਜੋ ਜਨਮ ਦਿਹਾੜਾ ਮਨਾਇਆ ਜਾ ਰਿਹਾ, ਇੱਕ ਸ਼ਲਾਘਾਯੋਗ ਹੈ। ਮੈਂ ਸਿੱਖ ਸੰਗਤ ਨੂੰ ਅਪੀਲ ਕਰਦਾ ਵਾਂ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ, ਜੋ ਪੰਜਾਬ ਦੇ ਵਿੱਚ ਹਰ ਥਾਂ ਹਰ ਜ਼ਿਲ੍ਹੇ ਵਿੱਚ ਬੈਠੀਆਂ ਨੇ, ਮੈਂ ਬੇਨਤੀ ਕਰਦਾ ਵਾਂ ਕਿ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੋ, ਇਸ ਤੋਂ ਸੇਧ ਲਓ। ਜੇ ਅੱਜ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਦੀ ਗੱਲ ਨੂੰ ਯਾਦ ਰੱਖਿਆ ਹੁੰਦਾ ਤਾਂ ਅੱਜ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਦੇ ਵਿੱਚ ਗਲਤਾਨ ਨਾ ਹੁੰਦੀ, ਜੋ ਅੱਜ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਹੈ। ਅੱਜ ਸਾਨੂੰ ਉਹ ਸੰਤ ਬਾਬਾ ਜਰਨੈਲ ਸਿੰਘ ਨੂੰ ਜੋ ਅੱਜ ਯਾਦ ਕੀਤਾ ਜਾ ਰਿਹਾ ਵਾ, ਹਰ ਜਗ੍ਹਾ ਦੇ ਵਿੱਚ ਨਸ਼ੇ ਦਾ ਜਿਹੜਾ ਭਾਰੀ ਖਲਾਅ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਸਰਕਾਰਾਂ ਵੱਲੋਂ, ਅਤੇ ਜਿਹੜੇ ਪੰਜਾਬ ਦੇ ਵਿੱਚ ਹਕੂਮਤ ਸਰਕਾਰ ਜੋ ਇੱਥੇ ਰਾਜ ਕਰ ਰਹੇ ਨੇ ਉਹਨਾਂ ਕੋਲ ਵੀ ਠੱਲ ਨਹੀਂ ਪਾਈ ਜਾ ਰਹੀ। ਤੁਸੀਂ ਪਿਛਲੇ ਦਿਨੀ ਵੇਖਿਆ ਸਾਡੇ ਸੁਲਤਾਨ ਮਿੰਟ ਦੇ ਵਿੱਚ ਹੀ 1000 ਕਰੋੜ ਦੀ ਜਿਹੜੀ ਸਮੈਕ ਆ ਉਹ ਫੜੀ ਗਈ ਆ। ਮੈਂ ਭਰਾਵੋ ਅਪੀਲ ਕਰਦਾ ਵਾਂ, ਜੇਕਰ ਆਪਣੇ ਬੱਚੇ ਬਚਾਉਣੇ ਆ, ਆਪਾਂ ਆਪਣੇ ਬੱਚਿਆਂ ਨੂੰ, ਜੋ ਸਾਡੇ ਜਿੰਨੇ ਵੀ ਸਾਡੇ ਵੀਰ ਨੇ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜ ਰਹੇ ਆ ਵੀ ਸਾਡੇ ਜਿਹੜੇ ਬੱਚੇ ਉਹ ਬਚ ਜਾਣ। ਪੰਜਾਬ ਦਾ DGP ਦਿਨਕਰ ਗੁਪਤਾ ਜਿਸ ਨੇ ਇਹ ਖੁਲਾਸਾ ਕੀਤਾ ਪਿਛਲੇ ਦਿਨੀ, 132 ਥਾਣਿਆਂ ਦੇ ਵਿੱਚ ਸਾਡੇ ਪੰਜਾਬ ਦੀ ਪੁਲਿਸ ਵੀ ਜਿਹੜੀ ਅਸੀਂ ਸ਼ਨਾਖਤ ਕੀਤੀ ਆ ਉਹਨਾਂ ਥਾਣਿਆਂ ਦੇ ਵਿੱਚ ਸਮੈਕ ਵਿਕ ਰਹੀ ਆ। ਜਿਸ ਵਾੜ ਹੀ ਖੇਤ ਨੂੰ ਖਾਈ ਜਾਵੇ ਸਾਡੇ ਲੀਡਰ, ਸਾਡੇ ਜਿਹੜਾ ਪ੍ਰਸ਼ਾਸਨ, ਸਾਡੇ ਇਹ ਕੰਮ ਕੀਤਾ ਜਾਵੇ ਤਾਂ ਬਹੁਤ ਵੱਡੀ ਨਲਾਇਕੀ ਆ। ਮੈਂ ਬੇਨਤੀ ਕਰਦਾ ਵਾਂ ਪ੍ਰਸ਼ਾਸਨ ਨੂੰ ਵੀ ਇਹਨੂੰ ਨੱਥ ਪਾਈ ਜਾਵੇ, ਸਿੱਖ ਪੰਥ ਨੂੰ ਵੀ ਅਪੀਲ ਕਰਦਾ ਵਾਂ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਗੁਰੂ ਦੇ ਲੜ ਲਾਈਏ। ਉਹ ਗੁਰੂ ਗੋਬਿੰਦ ਸਿੰਘ ਵੱਲੋਂ ਜੋ ਖੰਡੇ ਦੀ ਪਹੁਲ ਛਕਾਈ ਗਈ ਹੈ ਉਹ ਪਹੁਲ ਜਿਹੜੀ ਆਪਣੇ ਬੱਚਿਆਂ ਨੂੰ ਛਕਾਈਏ ਅਤੇ ਉਹਨਾਂ ਨੂੰ ਅੰਮ੍ਰਿਤਧਾਰੀ ਬਣਾਈਏ, ਸਿੱਖ ਪੰਥ ਨਾਲ ਜੋੜੀਏ। ਜੇਕਰ ਤੁਸੀਂ ਸਿੱਖ ਪੰਥ ਨਾਲ ਜੁੜ ਗਏ ਮੇਰਾ ਖਿਆਲ ਆ ਤੁਹਾਡੇ ਲਾਗੇ ਕੋਈ ਵੀ ਦੁੱਖ ਨਹੀਂ ਆਵੇਗਾ ਅਤੇ ਤੁਹਾਡੇ ਬੱਚੇ ਵੀ ਗਲਤ ਪਾਸੇ ਨਹੀਂ ਜਾਣਗੇ। ਮੈਂ ਇੰਨੀਆਂ ਬੇਨਤੀਆਂ ਕਰਨਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।